जी वाहिगुरू जी का खालसा वाहिगुरू जी की फतेह। मैं हरकृष्ण सिंह बल स्टूडियो विच मेरे नाल मौजूद ने बलविंदर सिंह जम्मू जी। गुड मॉर्निंग संगत वेख रहे सारे श्रोतियां तहे दिलों स्वागत करते हैं। इस वेले साडे नाल जुड़ चुके ने पोगल जी। पोगल जी वाहिगुरू जी का खालसा वाहिगुरू जी की फतेह जी। हाँ जी बाल साहब तुहानू ते जम्मू साहब नू तुहाडे स्टाफ नू तुहाडे दर्शकां नू गुरदेव सिंह पोगल वालों आदाब नमस्कार सत श्री अकाल ते वाहिगुरू जी का खालसा वाहिगुरू जी की फतेह जी। जी पोगल साहब हाँ जी किवें ठीक ठाक हो जी? चढ़दी कला अकाल पुरख वाहिगुरू की कृपा जी, तुसीं सुनाओ? ठीक ठाक जी, चढ़दी कला दुआवां ने तुहाडियां, बस तुहाडा प्रोग्राम देखीदा उठ के बैठीदा जी, शुकराने सुणीदियां शुकराने। पर अपने बल साहब कहण नूं हुण कुछ वैसे रह नहीं गया जी, पर मैं ये कहना चाहना भी जे जे मैं मेरे अंदरों जे मैं गल ना की ना मेरे मेरी मेरी रूह ने मैनू मैनू माफ नहीं करना जी जी। असीं जदों पंजाब छड्या सीगा कोई 40-50-60 वरे पहला, असीं इहो जिहा पंजाब नहीं सी छड के आए ते ना भारत नूं छड्या सीगा। भारत विच चलो असीं नहीं बहुता घूमे, पर पंजाब दा सानूं पता आ भी पंजाब इहो जिहा नहीं सी जिहो जिहा अज वा। लुटां खोहां रेप बलात्कार खून खराबा इदां दा नहीं सीगा। मैं तुहानूं बाल साहब सच्ची गल दस्सण लगा, साडे पिता जी ते साडे बाबा जी अफरीका रहिंदे हुंदे सीगे ते मैं चौं भरावां चों वड्डा भरा सीगा ते मेरे घर दा सारा काम मेरे कोल सीगा क्यों पिता जी अफरीका रहिंदे सीगे ते मैं खालसा स्कूल नवें शहर पढ़दा हुंदा सीगा ते जदों पैसे आउणे मनी आर्डर आउणा ते मनी आर्डर सारे पिंड नूं पता लग जांदा सीगा भई दो जगह डॉक्टर डाकिया आउंदा सी ते पैसे दे के जांदा सी जां चिट्ठियां दे के जांदा सीगा। ਸਾਰਿਆਂ ਨੂੰ ਪਤਾ ਸੀਗਾ ਵੀ ਦੇਬੀ ਮੈਨੂੰ ਉਸ ਵੇਲੇ ਪਿੰਡ ਦੇ ਵਿੱਚ ਦੇਬੀ ਸਾਡੇ ਗੁਰਦੇਵ ਸਿੰਘ ਤਾਂ ਚਲੋ ਮੈਂ ਪੂਰਾ ਨਾਂ ਆ ਨਾ ਤੇ ਪਿੰਡਾਂ ਕਿੱਦੇ ਹੁੰਦੇ ਆ ਕਹਿੰਦੇ ਵੀ ਪੈਸੇ ਸਾਰੇ ਪਿੰਡ ਨੂੰ ਪਤਾ ਸੀ ਪੈਸੇ ਆਏ ਆ ਤੇ ਚਲੋ ਲੋਕ ਸਾਡੇ ਕੋਲੋਂ ਵਿਚਾਰੇ ਫੜ ਕੇ ਲੈ ਵੀ ਜਾਂਦੇ ਸੀ ਜ਼ਿਮੀਂਦਾਰ 100-200 ਰੁਪਈਆ ਉਹਨਾਂ ਵੇਲਿਆਂ ਦੇ ਵਿੱਚ ਇਹਨਾਂ ਦੀ ਕੀਮਤ ਹੁੰਦੀ ਸੀ ਜੀ ਤੇ ਇੰਨਾ ਕੈਸ਼ ਲੋਕਾਂ ਕੋਲ ਨਹੀਂ ਸੀ ਹੁੰਦਾ। ਪਰ ਮੇਰਾ ਕਹਿਣ ਤੋਂ ਭਾਵ ਇਹ ਆ ਕਿ 400-500 ਰੁਪਈਆ ਮੇਰੇ ਜੇਬ ਦੇ ਵਿੱਚ ਹੋਣ, ਕਈ ਵਾਰੀ 1000 ਰੁਪਈਆ ਵੀ ਹੋਣਾ ਤੇ ਮੈਂ ਜਾ ਕੇ ਪਹਿਲਾਂ ਖਾਲਸਾ ਸਕੂਲੇ ਬੈਂਕ ਵੀ ਹੁੰਦਾ ਸੀਗਾ ਤੇ ਅੱਜ ਵੀ ਹੋਵੇ ਸ਼ਾਇਦ ਮੈਨੂੰ ਨਹੀਂ ਪਤਾ ਤੇ ਮੈਂ ਪਹਿਲਾਂ ਪੈਸੇ ਉੱਥੇ ਜਮ੍ਹਾਂ ਕਰਾਉਣੇ ਤੇ ਮੈਂ ਫਿਰ ਕਲਾਸ ਦੇ ਵਿੱਚ ਜਾਣਾ। ਤੇ ਬਾਲ ਸਾਹਿਬ ਮੇਰੇ ਕਹਿਣ ਤੋਂ ਭਾਵ ਇਹ ਕਿ ਸਾਰਿਆਂ ਨੂੰ ਪਤਾ ਕਿ ਮੇਰੇ ਝੋਲੇ ਦੇ ਵਿੱਚ ਇੰਨੇ ਪੈਸੇ ਆ, ਮਜਾਲਾ ਕਦੇ ਕਿਸੇ ਨੇ ਕੋਈ ਇੱਦਾਂ ਉਂਗਲ ਉਠਾਈ ਹੋਵੇ ਜਾਂ ਕਦੇ ਜਾਂ ਕੋਈ ਐਸੀ ਵੈਸੀ ਗੱਲ ਹੋਈ ਹੋਵੇ ਜੀ ਤਾਂ ਸਾਨੂੰ ਉਹ ਪੁਰਾਣਾ ਸਮਾਂ ਯਾਦ ਆਉਂਦਾ। ਹਾਲਾਂਕਿ ਜੇ ਇਤਿਹਾਸ ਦੇਖੋ ਇਤਿਹਾਸ ਦੇ ਹਿਸਾਬ ਦੇ ਨਾਲ ਤੇ 16-17 ਸਦੀ ਦੇ ਵਿੱਚ ਜੋ ਕੁਝ ਹੋਇਆ ਤੇ ਅੱਜ ਨਹੀਂ ਹੈ ਅਸੀਂ ਮੰਨਦੇ ਹਾਂ, ਪਰ ਲੇਕਿਨ ਉਦੋਂ ਰਾਜ ਹੋਰ ਤਰ੍ਹਾਂ ਦਾ ਸੀਗਾ। ਅੱਜ ਰਾਜ ਜਿਹੜਾ ਨਾ ਉਹ ਰਾਜ ਕਹਿੰਦੇ ਤੇ ਇਹ ਬਿਗੈਸਟ ਡੈਮੋਕਰੇਸੀ ਆ, ਕਹਿੰਦੇ ਤੇ ਲੋਕਤੰਤਰ ਨੇ, ਕਹਿੰਦੇ ਤੇ ਲੋਕ ਰਾਜ ਨੇ ਦੁਨੀਆਂ ਦਾ ਇਹ, ਪਰ ਲੇਕਿਨ ਇਹ ਲੋਕ ਰਾਜ ਤੇ ਲੋਕਤੰਤਰ ਦਾ ਕੇਵਲ ਤੇ ਕੇਵਲ ਮਖੌਟਾ ਲੱਗ ਰਿਹਾ ਜੀ। ਇਸ ਕਰਕੇ ਇਸ ਗੱਲ ਤੋਂ ਅਸੀਂ ਦੁਖੀ ਹਾਂ ਵੀ ਇਹਨਾਂ ਲੋਕਾਂ ਨੂੰ ਇਹ ਮਖੌਟਾ ਜਿਹੜਾ ਲੋਕ ਰਾਜ ਦਾ ਮਖੌਟਾ ਆ, ਲੋਕਤੰਤਰ ਦਾ ਮਖੌਟਾ ਆ, ਬਾਲ ਸਾਹਿਬ ਇਹ ਮਖੌਟਾ ਲਾ ਦੇਣਾ ਚਾਹੀਦਾ। ਸੱਚੀ ਮੁੱਚੀ ਲੋਕਤੰਤਰ ਦੇ ਧਾਰਨੀ ਇਹਨਾਂ ਨੂੰ ਹੋ ਜਾਣਾ ਚਾਹੀਦਾ ਤੇ ਤਾਂ ਜਾ ਕੇ ਆਪਣੇ ਮੁਲਕ ਦਾ ਦੇਸ਼ ਦਾ ਲੋਕਾਂ ਦਾ ਭਲਾ ਹੋਣਾ ਆ, ਤਾਂ ਜਾ ਕੇ ਤਰੱਕੀ ਹੋਣੀ ਆ, ਤਾਂ ਜਾ ਕੇ ਖੁਸ਼ਹਾਲੀ ਆਏਗੀ, ਤਾਂ ਜਾ ਕੇ ਇਹ ਵਿਕਾਸ ਹੋਏਗਾ। ਨਹੀਂ ਤੇ ਵਿਕਾਸ ਦਾ ਐਵੇਂ ਕਹਿਣ ਦੀ ਗੱਲ ਆ, ਵਿਕਾਸ ਨੇ ਵਿਨਾਸ਼ ਹੋਏਗਾ ਜਿਹੜਾ ਅੱਜ ਸਾਡੇ ਸਾਹਮਣੇ ਹੋ ਰਿਹਾ ਜੀ। ਬਿਲਕੁਲ ਜੀ, ਦੋ ਚਾਰ ਲਾਈਨਾਂ ਬੋਲਦੇ ਆ, ਆਦਤ ਮੁਜਬ ਤੰਤਰਾਂ ਦੀ ਗੱਲ ਜੀ ਲਿਖਿਆ ਬਈ ਚਾਰ ਚੁਫੇਰੇ ਅੱਜ ਤੰਤਰਾਂ ਦੀ ਹੋਏ ਚਰਚਾ, ਚਾਰ ਚੁਫੇਰੇ ਅੱਜ ਤੰਤਰਾਂ ਦੀ ਹੋਏ ਚਰਚਾ, ਹੋਵੇ ਜੰਤਰ ਤੇ ਭਾਵੇਂ ਕਿਸੇ ਮੰਤਰ ਦੀ ਗੱਲ, ਓਏ ਆਪੋ ਆਪਣੇ ਤੰਤਰ ਤੇ ਦੇਣ ਪੈਰਾ, ਹੋਵੇ ਲਘੂ ਤੇ ਭਾਵੇਂ ਮਹਾਂ ਤੰਤਰ ਦੀ ਗੱਲ। ਬਈ ਚਾਦਰਾ ਪੱਲੇ ਕਹਿਰਾਂ ਦੀ ਚਤਰਾਈ ਹੁੰਦੀ ਜੀ, ਚਾਦਰਾ ਪੱਲੇ ਕਹਿਰਾਂ ਦੀ ਚਤਰਾਈ ਹੁੰਦੀ, ਸ਼ਾਦਰ ਸਦਾ ਕਰਦੇ ਛੜਯੰਤਰ ਦੀ ਗੱਲ, ਓਏ ਚੜਿਆ ਰਹੇ ਨਕਲੀ ਖੁਮਾਰ ਕਈਆਂ ਕਰਦੇ ਰਹਿਣ ਮਹਾਂ ਲੋਕਤੰਤਰ ਦੀ ਗੱਲ, ਯਾਰੋ ਚੜਿਆ ਰਹੇ ਨਕਲੀ ਖੁਮਾਰ ਕਈਆਂ ਕਰਦੇ ਰਹਿਣ ਮਹਾਂ ਲੋਕਤੰਤਰ ਦੀ ਗੱਲ, ਯਾਰੋ ਕਰਦੇ ਰਹਿਣ ਮਹਾਂ ਲੋਕਤੰਤਰ ਦੀ ਗੱਲ ਜੀ। ਬਈ ਦੇਸ਼ ਭਗਤ ਬਣ ਕੇ ਲੁੱਟੋ ਲੁਕਾਈ ਸਾਰੀ, ਉਹਨਾਂ ਹੱਥ ਬਣ ਕੇ ਫਿਰਦੇ ਨੇ, ਹੱਥ ਜੋੜੇ ਹੋਏ ਨੇ ਕਿ ਇਹ ਸੇਵਾ ਆ ਰਾਜਨੀਤੀ ਨਹੀਂ, ਪਰ ਦੁਨੀਆਂ ਦੇ ਸਾਹਮਣੇ ਪਤਾ ਲੱਗਣ ਨੰਗੇ ਹੋ ਗਏ ਨੇ ਵੀ ਇਹ ਕਿਹੜੀ ਨੀਤੀ ਆ। ਦੇਸ਼ ਭਗਤ ਬਣ ਕੇ ਲੁੱਟੋ ਲੁਕਾਈ ਸਾਰੀ, ਦਾਨੇ ਕਹਿਣ ਇਸ ਨੂੰ ਲੁੱਟਤੰਤਰ ਦੀ ਗੱਲ, ਓਏ ਫੁੱਟ ਪਾ ਕੇ ਕੁਰਸੀ ਆਪ ਸਾਂਭੋ, ਇਹਨੂੰ ਆਖਦੇ ਲੋਕੀ ਫੁੱਟਤੰਤਰ ਦੀ ਗੱਲ। ਬਈ ਨਾਲੇ ਕੁੱਟਣ ਤੇ ਨਾਲੇ ਨਾ ਰੋਣ ਦਿੰਦੇ, ਹਾਂਜੀ
ਨਾਰੇ ਕੁੱਟਣ ਬਲ ਸਾਹਿਬ ਹਾਂਜੀ ਨਾਰੇ ਕੁੱਟਣ ਤੇ ਨਾਰੇ ਨਾ ਰੋਣ ਦਿੰਦੇ ਇਹੀ ਹੁੰਦੀ ਏ ਕੁਟਤੰਤਰ ਦੀ ਗੱਲ ਓਏ ਛਲਤੰਤਰ ਦਾ ਭੋਗਲ ਲਾਭ ਕੀ ਏ ਕਰਨੀ ਹੈ ਤਾਂ ਕਰੀਏ ਪਲਤੰਤਰ ਦੀ ਗੱਲ ਯਾਰੋ ਛਲਤੰਤਰ ਦਾ ਭੋਗਲ ਲਾਭ ਕੀ ਏ ਕਰਨੀ ਹੈ ਤਾਂ ਕਰੀਏ ਪਲਤੰਤਰ ਦੀ ਗੱਲ ਯਾਰੋ ਕਰਨੀ ਹੈ ਤਾਂ ਕਰੀਏ ਪਲਤੰਤਰ ਦੀ ਗੱਲ ਜੰਬੂ ਸਾਹਿਬ ਆਪਣੇ ਬਲ ਸਾਹਿਬ ਇਹਨਾਂ ਨੂੰ ਇਹ ਛਲਤੰਤਰ ਛੱਡਣਾ ਪੈਣਾ ਇੱਕ ਦਿਨ ਅੱਜ ਨੀ ਤੇ ਕੱਲ ਕੱਲ ਨੀ ਤੇ ਪਰਸੋਂ ਛਲਤੰਤਰ ਛੱਡ ਕੇ ਜਿੰਨਾ ਚਿਰ ਇਹ ਪਲਤੰਤਰ ਵੱਲ ਨੂੰ ਨਹੀਂ ਆਉਂਦੇ ਉਹਨਾਂ ਚਿਰ ਮੁਲਕ ਦਾ ਸੁਧਾਰ ਨਹੀਂ ਹੋਣਾ ਮੁਲਕ ਮੁਲਕ ਕਦੇ ਦੁਨੀਆਂ ਦੇ ਬਾਕੀ ਮੁਲਕਾਂ ਦੇ ਨਾਲ ਕਦਮ ਨਾਲ ਕਦਮ ਮਿਲਾ ਕੇ ਕਦੇ ਚੱਲਣ ਦੇ ਯੋਗ ਨੀ ਹੋ ਸਕਦੇ ਭੋਗਲ ਸਾਹਿਬ ਜਿਹੜੀ ਤੁਸੀਂ ਚਿੰਤਾ ਵਾਜਬ ਆ ਤੁਹਾਡੀ ਉਸ ਤੇ ਗੱਲ ਕਰਦੇ ਜੀ ਧੰਨਵਾਦ ਜੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜੰਮੂ ਜੀ ਦੇਖੋ ਦੋ ਤਿੰਨ ਗੱਲਾਂ ਜਿਹੜੀਆਂ ਇਹਨਾਂ ਕਹੀਆਂ ਨਾ ਜੀ ਜਿੱਥੋਂ ਤੱਕ ਰੇਪ ਘਿਨਾਉਣਾ ਮਤਲਬ ਅਪਰਾਧ ਹੈ ਪਰ ਰੇਪ ਇਕੱਲਾ ਸਾਡੇ ਦੇਸ਼ 'ਤੇ ਨਹੀਂ ਉਹਨਾਂ ਦਾ ਵੀ ਵਿਕਸਿਤ ਸਮਾਜ ਹੈ ਉੱਥੇ ਸੈਕਸ ਦਾ ਵੀ ਖੁੱਲ੍ਹ ਹੈਗੀ ਸਾਰਾ ਕੁਝ ਮਤਲਬ ਪਾਬੰਦੀ ਨਹੀਂ ਪਰ ਰੇਪ ਇੰਗਲੈਂਡ ਦੇ ਵਿੱਚ ਵੀ ਜਿਹੜੀ ਬਰਤਾਨੀਆ ਦਾ ਸਮਾਜ ਉਹਦੇ 'ਚ ਵੀ ਹੁੰਦੇ ਆ ਅਤੇ ਕਈ ਵਾਰੀ ਤਾਂ ਲੱਗਦਾ ਵੀ ਕਾਫੀ ਜ਼ਿਆਦਾ ਹੁੰਦੇ ਆ ਇਸ ਕਰਕੇ ਉਹਨੂੰ ਬਿਲਕੁਲ ਉਹਦੇ ਟੱਕਣੇ ਸਾਡੇ ਉਭਾਰਨਾ ਇਹ ਅਸੀਂ ਇਸ ਗੱਲ ਨੂੰ ਵਾਜਬ ਨਹੀਂ ਸਮਝਦੇ ਇਹ ਜਿਹੜੇ ਹੈ ਨਾ ਉੱਥੇ ਵੀ ਹੁੰਦੇ ਠੱਗੀਆਂ ਠੋਰੀਆਂ ਉਹਨਾਂ ਦੇ ਸਿਸਟਮ ਦੇ ਵਿੱਚ ਵੀ ਹੈਗੀਆਂ ਭਾਵੇਂ ਘੱਟ ਨੇ ਸਾਡੇ ਤਾਂ ਕਈ ਵਾਰੀ ਬਹੁਤ ਜ਼ਿਆਦੀਆਂ ਨੇ ਅਤੇ ਸਾਡੇ ਜਿਹੜੇ ਇੱਥੋਂ ਠੱਗ ਗਏ ਆ ਇਹ ਸਾਰੇ ਇਹਨਾਂ ਕੋਲ ਰੱਖੇ ਹੋਏ ਆ ਇਹਦਾ ਵੀ ਜਵਾਬ ਆ ਨੀਰਵ ਮੋਦੀ ਵੀ ਆ ਹੋਰ ਜਿਹੜੇ ਜਿਹੜਾ ਵਿਜੇ ਮਾਲੀਆ ਵੀ ਆ ਸੋ ਜੇ ਸਿਸਟਮ ਪੂਰਾ ਹੀ ਕਲੀਨ ਹੋਵੇ ਤਾਂ ਇਹ ਗੱਲ ਨਹੀਂ ਵਾਪਰਨੀ ਚਾਹੀਦੀ ਉਹਨਾਂ ਦੇ ਸਿਸਟਮ ਦੇ ਵਿੱਚ ਵੀ ਨੁਕਸ ਹੈਗੇ ਕਈ ਵਾਰੀ ਸਾਨੂੰ ਉਹ ਨੁਕਸ ਜਿਹੜੇ ਆ ਅਸੀਂ ਉਸ ਤਹਿ ਤੱਕ ਨਹੀਂ ਜਾਂਦੇ ਅਤੇ ਸਾਡੇ ਇੱਥੋਂ ਦੇ ਜ਼ਿਆਦਾ ਦੇਖਦੇ ਅਸੀਂ ਆਪਣੇ ਸਾਡੇ ਸਿਸਟਮ ਦੇ ਵਿੱਚ ਕਾਫੀ ਬੁਰਾਈਆਂ ਨੇ ਬਹੁਤ ਸਾਰੀਆਂ ਨੇ ਪਰ ਜਿੱਥੋਂ ਤੱਕ ਲੋਕਤੰਤਰ ਦਾ ਮਾਮਲਾ ਹੈਗਾ ਡੈਮੋਕ੍ਰੇਸੀ ਹੈਗੀ ਪਰ ਡੈਮੋਕ੍ਰੇਸੀ ਹੌਲੀ ਹੌਲੀ ਸੁੰਗੜਦੀ ਜਾ ਰਹੀ ਹੈ ਜੀ ਡੈਮੋਕ੍ਰੇਟ ਜਿਹੜੇ ਜਿਹੜੇ ਅਧਿਕਾਰ ਨੇ ਉਹਨਾਂ 'ਤੇ ਛਾਪੇ ਮਾਰੇ ਜਾ ਰਹੇ ਸੂਬਿਆਂ ਦੇ ਲੈ ਕੇ ਵੀ ਉਹ ਸਾਰਾ ਕੁਝ ਇਹ ਹੋ ਰਿਹਾ ਖੈਰ ਇਹਦੇ ਬਾਰੇ ਜਾਗਰੂਕਤ ਆਉਣੀ ਚਾਹੀਦੀ ਹੈ ਲੋਕਾਂ ਨੂੰ ਜਾਗਰੂਕ ਹੋਣਾ ਚਾਹੀਦਾ ਤਾਂ ਆਪਣੇ ਅਧਿਕਾਰਾਂ ਪ੍ਰਤੀ ਚੇਤਨ ਹੋ ਕੇ ਯੁੱਧ ਕਰਨਾ ਚਾਹੀਦਾ ਸੰਘਰਸ਼ ਕਰਨਾ ਚਾਹੀਦਾ ਇਸ ਪਾਸੇ ਵੱਲ ਨੂੰ ਜਾਣਾ ਚਾਹੀਦਾ ਜੀ ਇਸ ਦੇ ਨਾਲ ਹੀ ਇੱਕ ਗੱਲਾਂ ਦੋ ਤਿੰਨ ਹੋਰ ਨੇ ਜਿਹੜੀਆਂ ਪਾਕਿਸਤਾਨ ਦਾ ਜਿਹੜਾ ਮਾਮਲਾ ਹੈਗਾ ਪਾਕਿਸਤਾਨ ਦੇ ਜਿਹੜੇ ਪ੍ਰਧਾਨ ਮੰਤਰੀ ਇਮਰਾਨ ਖਾਨ ਉਹਨਾਂ ਨੇ ਇੱਕ ਚਿੱਠੀ ਲਿਖੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਣਾਂ ਨੂੰ ਹਾਂਜੀ ਉਹ ਚਿੱਠੀ ਦੀ ਚਰਚਾ ਅਤੇ ਅਸੀਂ ਇਸ ਮੁੱਦੇ ਦੇ ਉੱਪਰ ਪਿਛਲੇ ਦਿਨਾਂ ਵਿੱਚ ਵੀ ਚਰਚਾ ਕੀਤੀ ਸੀਗੀ ਉਸ ਚਰਚਾ ਦੇ ਵਿੱਚ ਅਸੀਂ ਇਹ ਗੱਲ ਜਿਹੜੀ ਹੈ ਜੰਮੂ ਜੀ ਪਹਿਲਾਂ ਕਾਲ ਲੈਂਦੇ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਬਲ ਸਾਹਿਬ ਤੁਹਾਨੂੰ ਤੇ ਜੰਮੂ ਸਾਹਿਬ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਰਮੰਦਰ ਸਿੰਘ ਗਿੱਲ ਬੋਲ ਰਿਹਾ ਹਾਂ ਜੀ ਗਿੱਲ ਸਾਹਿਬ ਜੀ ਬੋਲੇ ਬੰਦੇ ਦੀ ਗੱਲ ਚੱਲ ਰਹੀ ਸੀ ਜੀ ਹੋਲੀ ਦਾ ਤਿਉਹਾਰ ਹੈ ਹਿੰਦੂਆਂ ਦਾ ਤਿਉਹਾਰ ਬੜਾ ਪਵਿੱਤਰ ਤਿਉਹਾਰ ਬੜੇ ਚਿਰਾਂ ਤੋਂ ਤੁਰਿਆ ਹੁੰਦਾ ਹੈ ਜੀ ਗੁਰੂ ਘਰ ਦੀ ਧਰ ਪਿਤਾ ਨੇ ਜਦੋਂ ਰੰਗਾਂ ਦੇ ਵਿੱਚ ਲੋਕ ਫਸ ਚੁੱਕੇ ਸੀ ਰੰਗ ਇੱਕ ਦੂਜੇ ਦੇ ਡੋਰ ਕੇ ਇਹਨਾਂ ਹੋਲੀਆਂ ਨੂੰ ਮਨਾਉਂਦੇ ਸੀ ਉਦੋਂ ਖਾਲਸੇ ਨੂੰ ਹੋਲੇ ਦਾ ਧਿਆਨ ਦਿੱਤਾ ਜੀ ਤਕਨੀਕੀ ਵਿੱਦਿਆ ਘੋੜ ਸਵਾਰੀ ਖੇਤ ਪੱਖੀ ਗੁਰਬਾਣੀ ਤੇ ਉਹ ਬੜੇ ਸਿਖਾਏ ਜੀ ਪਰ ਅਸੀਂ ਉਹਨਾਂ ਚੀਜ਼ਾਂ ਨੂੰ ਅਪਣਾਇਆ ਨਹੀਂ ਸਾਡੇ ਅੰਦਰ ਇੱਕ ਵੇਦਨਾ ਬਣ ਗਈ ਅਸੀਂ ਸਿਰਫ ਮੇਲੇ ਵੇਖਣ ਯੋਗੇ ਰਹਿ ਗਏ ਜੋ ਗੁਰੂ ਦੀ ਸਿੱਖਿਆ ਸੀ ਉਹ ਤੋਂ ਦੂਰ ਹੋ ਗਏ ਮੈਂ ਕਵਿਤਾ ਲਿਖੀ ਹੈ ਇਹਦੇ ਵਿੱਚ ਮੈਂ ਕਿਸ ਕਵਿਤਾ ਪੇ ਨੂੰ ਕਹੂੰਗਾ ਜਿੱਦਣ ਛੱਡ ਤੇ ਖੜੇ ਕਿਰਪਾਨਾ ਸੁਣਨਾ ਹੋ ਜੂ ਸਿੱਖ ਜਵਾਨਾ ਅੱਜ ਤੇ ਲੜਦਾ ਨਾਲ ਤੂਫਾਨਾ ਮੂੰਹ ਨਾ ਸਿੱਖੀ ਤੋਂ ਮੋੜ ਜੇ ਤੂੰ ਨਾ ਸਮਝਿਆ ਲੈਣੇ ਗੁਰੂਆਂ ਵੀ ਨਾਤੇ ਤੋੜ ਜੀ ਗੁਰੂਆਂ ਨੇ ਸਾਨੂੰ ਸਾਡੇ ਚ ਇਤਿਹਾਸ ਰੱਖਿਆ ਜੀ ਡੋਲਣਾ ਨਹੀਂ ਤੁਸੀਂ ਨਾਲ ਇਹ ਗੱਲ ਕਹੀ ਸੀ ਜਪ ਗਿਆ ਇਹ ਵਿਪਰਨ ਗਿਰੀ ਮੈਂ ਨਾ ਕਰੂੰ ਇਨਕੀ ਪੱਤੀ ਜੀ ਜਦੋਂ ਦੇ ਅਸੀਂ ਵਿਪਰ ਗਏ ਹਾਂ ਗੁਰੂ ਤੋਂ ਬੇਮੁੱਖ ਹੋ ਗਏ ਗੁਰਬਾਣੀ ਪੜ੍ਹਦੇ ਨੀ ਸਿਰਫ ਫੈਸ਼ਨਾਂ ਚ ਪੈ ਗਏ ਹਾਂ ਇੱਕ ਦੂਜੇ ਨੂੰ ਅੰਨੇ ਮਿਹਣੇ ਦੇ ਬੁਰਾਈ ਦੇ ਰਸਤੇ ਤੇ ਤੁਰੇ ਆ ਉਦੋਂ ਦੇ ਠੋਕਰਾਂ ਖਾਂਦੇ ਆ ਕਵਿਤਾ ਮੈਂ ਲਿਖੀ ਹੈ ਜੀ ਦਿੱਤਾ ਸਤਿਕਾਰ ਰੱਜ ਕੇ ਗੁਰਾਂ ਸਾਨੂੰ ਜੀ
ਸਤਿਕਾਰ ਰਾਜ ਕੇ ਗੁਰਾਂ ਸਾਨੂੰ ਨਾਲੇ ਪਿਆਰ ਤੇ ਸਿੱਖੀ ਦੀ ਦਾਤ ਦਿੱਤੀ। ਅਸੂਲ ਸਿੱਧਕ ਦੇ ਨਾਂ ਨਿਭਾਉਣ ਵਾਲੀ ਚੜ੍ਹਦੀ ਕਲਾ ਦੀ ਹਰ ਪ੍ਰਭਾਵ ਦਿੱਤੀ ਜੀ। ਤਕਦੀਰਾਂ ਪੰਥ ਦੀਆਂ ਕੜੀਆਂ ਬੈਠ ਜਿੰਨੇ ਉਹਦੇ ਰਸਤਿਆਂ ਤੋਂ ਅਸੀਂ ਦੂਰ ਹੋ ਗਏ, ਪਾਣਾ ਪਾ ਲਿਆ, ਪਾਣੀ ਛੱਡ ਦਿੱਤੀ, ਭੋਕੀਆਂ ਚੋਤਰਾਂ ਦੇ ਮਜਬੂਰ ਹੋ ਗਏ ਜੀ। ਚਾਰ ਚਾਰ ਬੰਦਿਆਂ ਦੇ ਦਲ ਬਣੇ ਫਿਰਦੇ, ਟੁੱਟ ਗਈਆਂ ਸਾਂਝਾਂ ਜੋ ਗੁਰੂ ਨੇ ਜੋੜੀਆਂ ਸੀ। ਦਾਤਾ ਛੱਡ ਦਿੱਤਾ, ਦਾਤਾ ਦੇਣ ਵਾਲਾ ਉਤਵਾਰ ਕੇ ਜਿਹਨੇ ਗਾਈਆਂ ਘੋੜੀਆਂ ਸੀ ਜੀ। ਸਰਹੰਦ ਪੁੱਛ ਦੀ ਪੰਥ ਦੇ ਵਾਰਸਾਂ ਨੂੰ, ਲਾਲਚ ਵਿੱਚ ਕਿਉਂ ਇੰਨੇ ਕੂੜ ਹੋ ਗਏ, ਪਾ ਲਿਆ, ਪਾਣੀ ਛੱਡ ਦਿੱਤੀ, ਫੁੱਕੀਆਂ ਚੌਧਰਾਂ ਦੀ ਮਜੂਰ ਜੀ। ਸਮਾਂ ਕਦੇ ਨੀ ਇਤਿਹਾਸ ਦਾ ਮਾਫ਼ ਕਰਦਾ, ਦਾਗ ਲੱਗੇ ਨੀ ਕਦੇ ਵੀ ਧੋਏ ਜਾਂਦੇ। ਅੱਜ ਤਾਕਤਾਂ ਨਾਲ ਤਾਂ ਪਾਪ ਧੱਕ ਲਓਗੇ, ਇਤਿਹਾਸ ਚਮਕੌਰ ਦੇ ਨਹੀਂ ਲੁਕੋਏ ਜਾਂਦੇ ਜੀ। ਆਉਣ ਵਾਲੀਆਂ ਨਸਲਾਂ ਨੇ ਪੁੱਛਣਾ ਹੈ ਕਿਹੜੀ ਗੱਲ ਤੋਂ ਇੰਨੇ ਗਰੂਰ ਹੋ ਗਏ, ਪਾਣਾ ਪਾ ਲਿਆ, ਪਾਣੀ ਛੱਡ ਦਿੱਤੀ, ਫੁੱਕੀਆਂ ਚੌਧਰਾਂ ਲਈ ਮਜਬੂਰ ਹੋ ਗਏ ਜੀ। ਕਿੱਥੇ ਕਿੱਥੇ ਜਾਗੇ ਕਰਜ਼ ਤੇਰਾ, ਰੋਮ ਰੋਮ ਤੇਰਾ ਕਰਜ਼ਾਈ ਦਾਤਾ। ਸਾਨੂੰ ਬਖਸ਼ ਹਿੰਮਤ ਦੀ ਦਾਤ ਮੁੜ ਕੇ, ਕਰੀਏ ਨਾਮ ਦੀ ਅਸੀਂ ਕਮਾਈ ਦਾਤਾ। ਜਿਲਦ ਸਰਦਾਰੀ ਵੀ ਨਾ ਸਾਡੇ ਤੋਂ ਖੁਸ਼ ਜਾਵੇ, ਲਾਲਚ ਵਿੱਚ ਹੀ ਚੱਕਣਾ ਦੂਰ ਹੋ ਗਿਆ, ਪਾਣਾ ਪਾ ਲਿਆ, ਪਾਣੀ ਛੱਡੀ, ਫੁੱਕੀਆਂ ਚੌਧਰਾਂ ਦੇ ਮਜਬੂਰ ਜੀ। ਬੜੇ ਜ਼ੁਲਮ ਤੇ ਅੱਤਿਆਚਾਰ ਪਿੱਛੇ ਹਟੇ ਨੀ ਕਦੇ ਕੁਰਬਾਨੀਆਂ ਤੋਂ, ਸਦਕੇ ਜਾਣੇ ਆ ਤੇਰੇ ਦਸ਼ਮੇਸ਼ ਜੀ ਤੋਂ, ਇੱਥੀਆਂ ਤੇਰੀਆਂ ਮਿਹਰਬਾਨੀਆਂ ਤੋਂ ਜੀ। ਮੇਲੇ ਬਣਾਉਣ ਦਾ ਚਾਅ ਸਾਨੂੰ ਚੜ੍ਹਦਾ ਹੈ, ਪਰ ਅਸੀਂ ਪਾਣੀ ਨਾਲ ਵੀ ਭਰਪੂਰ ਹੋ ਗਏ। ਪਾਣਾ ਪਾ ਰਿਹਾ, ਪਾਣੀ ਛੱਡ ਦਿੱਤੀ, ਫੋਕੀਆਂ ਚੌਧਰਾਂ ਦੇ ਮਜ਼ਬੂਰ ਜੀ ਜੀ। ਚੌਧਰਾਂ ਦੇ ਪਿੱਛੇ ਲਾ ਕੇ ਅਸੀਂ ਆਪਣਾ ਜੀਵਨ ਖਰਾਬ ਕਰ ਲਿਆ, ਖਾਲਸੇ ਦੀ ਪਰੰਪਰਾਵਾਂ ਜਿਹੜੀਆਂ ਉਹਨਾਂ ਤੋਂ ਦੂਰ ਹੋ ਗਏ। ਉਹਦੇ ਜਿੰਨੇ ਮਰਜ਼ੀ ਪਾ ਲਓ, ਜੇ ਇੱਜ਼ਤ ਨਹੀਂ ਉਹਨਾਂ ਅਹੁਦਿਆਂ 'ਚ ਤੇ ਉਹਨਾਂ ਅਹੁਦਿਆਂ ਨੂੰ ਕੀ ਕਰਨਾ। ਠੀਕ ਹੈ ਜੀ, ਮਿਹਰਬਾਨੀ ਗਿੱਲ ਸਾਹਿਬ, ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜੰਮੂ ਜੀ, ਗਿੱਲ ਸਾਹਿਬ ਨੇ, ਕਿਉਂਕਿ ਇਹਦੇ ਵਿੱਚ ਵੀ ਕੋਈ ਦੁਰਾਏ ਨਹੀਂ ਹੈਗਾ ਕਿ ਬਾਣੀ ਅਤੇ ਬਾਣਾ ਜਿਹੜੇ ਦੋ ਖੰਭੇ ਹੁੰਦੇ ਨੇ, ਜੇ ਇੱਕ ਪੰਛੀ ਨੂੰ ਦੋ ਖੰਭਾਂ ਦੇ ਬਗੈਰ ਨਹੀਂ ਉੱਡ ਸਕਦਾ, ਤਾਂ ਇੱਕ ਜਿਹੜਾ ਸਿੱਖ ਹੈ ਬਾਣੀ ਬਾਣਾ ਓਨਾ ਹੀ ਜ਼ਰੂਰੀ ਹੈ। ਸਭ ਤੋਂ ਵੱਡੀ ਜੰਮੂ ਜੀ ਇਹ ਲੱਗ ਰਿਹਾ ਕਿ ਬਾਣੀ ਵਿਸਨ ਦੇ ਨਾਲ ਜਿਹੜੇ ਗੁਰੂ ਮਹਾਰਾਜ ਨੇ ਸਿੱਖਿਆਵਾਂ ਦਿੱਤੀਆਂ ਸੀ ਉਹਨਾਂ ਨੂੰ ਅਮਲ ਨਹੀਂ ਕੀਤਾ ਜਾ ਰਿਹਾ, ਜਿਹਦੇ ਕਰਕੇ ਸਮਾਜ ਦੇ ਵਿੱਚ ਇੰਨੀ ਜਿਹੜੀ ਅਰਾਜਕਤਾ ਜਿਹੜੀ ਦੇਖਣ ਨੂੰ ਮਿਲ ਰਹੀ ਹੈ ਜੀ। ਦੇਖੋ, ਅਸੀਂ ਗੱਲ ਕਰ ਰਹੇ ਸੀ, ਚਲੋ ਇਹ ਗੱਲਾਂ ਦੇ ਬਾਰੇ ਤਾਂ ਫਿਰ ਕਰਾਂਗੇ ਅਸੀਂ। ਇਮਰਾਨ ਖਾਨ ਨੇ ਇੱਕ ਚਿੱਠੀ ਲਿਖੀ, ਉਹਦੇ ਬਾਰੇ ਜਿਹੜੀ ਗੱਲ ਕਰਦੇ ਜੀ। ਦੇਖੋ, ਇਹ ਤੋਂ ਪਹਿਲਾਂ ਪਰਦੇ ਦੇ ਪਿੱਛੇ ਕੁਝ ਗੱਲਾਂ ਹੋਈਆਂ ਜਿਨ੍ਹਾਂ ਬਾਰੇ ਅਸੀਂ ਚਰਚਾ ਪਹਿਲਾਂ ਕੀਤੀ ਸੀ। ਅੱਜ ਜਿਹੜੀ ਆ ਦੋਨਾਂ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੀ ਭਾਰਤ ਤੋਂ ਅਤੇ ਪਾਕਿਸਤਾਨ ਤੋਂ ਬਾਹਰ ਇੱਕ ਮੀਟਿੰਗ ਜਿਹੜੀ ਆ ਹੋਣੀ ਹੈ, ਉਹਦੇ ਵਿੱਚ ਵੀ ਇਸ ਗੱਲ ਨੂੰ ਅੱਗੇ ਤੁਰਿਆ ਜਾਣਾ। 25 ਫਰਵਰੀ ਤੋਂ ਬਾਅਦ ਭਾਰਤ ਦੇ ਪ੍ਰਧਾਨ ਮੰਤਰੀ ਨੇ ਪਾਕਿਸਤਾਨ ਬਾਰੇ ਕੋਈ ਬਿਆਨਬਾਜ਼ੀ ਨਹੀਂ ਕੀਤੀ। 5 ਸੂਬਿਆਂ ਦੀਆਂ ਚੋਣਾਂ ਦੇ ਵਿੱਚ ਨਾ ਪਾਕਿਸਤਾਨ, ਨਾ ਬੰਗਲਾਦੇਸ਼, ਨਾ ਕਿਸੇ ਹੋਰ ਦੇਸ਼ ਦਾ ਉਹਨਾਂ ਨਾਂ ਲਿਆ। ਮਤਲਬ ਇਹ ਜਿੱਦਣ ਇਹ ਗੱਲ ਵਾਪਰੀ ਸੀਗੀ, ਇਹਦੇ ਵਿੱਚ 2-3 ਅਰਬ ਕੰਟਰੀਆਂ ਦਾ ਵੀ ਰੋਲ ਹੈਗਾ ਜੀ। ਇਹਦੇ ਵਿੱਚ ਕੁਝ ਗੱਲਾਂ 'ਤੇ ਸਹਿਮਤੀ ਹੋਈ ਵੀ ਭਾਰਤ ਵੀ ਪਾਕਿਸਤਾਨ ਦੇ ਖਿਲਾਫ਼ ਕੁਝ ਨਹੀਂ ਬੋਲੇਗਾ, ਅਤੇ ਪਾਕਿਸਤਾਨ ਵੀ ਜਿਹੜੇ ਪਹਿਲਾਂ ਮਾਮਲੇ ਉਠਾਉਂਦਾ ਰਿਹਾ ਉਹ ਨਹੀਂ ਉਠਾਏਗਾ। ਅਤੇ 25 ਫਰਵਰੀ ਤੋਂ ਸਰਹੱਦ ਦੇ ਉੱਪਰ ਸੀਜ਼ ਫਾਇਰ ਚੱਲ ਰਿਹਾ ਜੀ, ਜਿਹਨੂੰ ਅਸੀਂ ਯੁੱਧਬੰਦੀ ਕਹਿ ਦਿੰਦੇ ਹਾਂ ਜਾਂ ਸ਼ਾਂਤੀ ਚੱਲ ਰਹੀ ਹੈ ਬਾਰਡਰ ਦੇ ਉੱਪਰ 25 ਫਰਵਰੀ ਤੋਂ। 25 ਮਾਰਚ 1 ਮਹੀਨਾ ਹੋ ਗਿਆ, ਅੱਜ 1 ਮਹੀਨੇ ਤੋਂ ਉੱਪਰ ਹੋ ਗਿਆ, ਕਿਉਂਕਿ ਅੱਜ ਇਹ ਤਾਂ 31 ਲਾਸਟ ਡੇਟ ਹੈ, ਅਤੇ 25-6 31 ਦਿਨ ਹੋ ਗਏ। ਮਤਲਬ ਦੋਨੇ ਦੇਸ਼ ਪੀਸਫੁੱਲੀ ਚੱਲ ਰਹੇ। ਅੱਜ ਪਾਕਿਸਤਾਨ ਦੇ ਅੰਦਰ ਵੀ ਇੱਕ ਮੀਟਿੰਗ ਹੋਣੀ ਹੈ ਜਿਹਦੇ ਵਿੱਚ ਟ੍ਰੇਡ ਰੂਟ ਖੋਲ੍ਹਣ ਦੀ ਗੱਲ ਹੋਣੀ, ਵੀ ਮੁੜ ਕੇ ਵਪਾਰ ਜਿਹੜਾ ਸ਼ੁਰੂ ਕੀਤਾ ਜਾਵੇ ਭਾਰਤ ਨਾਲ, ਕਿਉਂਕਿ ਦੋ ਗੱਲਾਂ ਕਰਕੇ, ਇੱਕ ਜਿਹੜਾ ਇਹ ਪੁਲਵਾਮਾ ਅਟੈਕ ਹੋਇਆ ਸੀ ਉਹ ਤੋਂ ਬਾਅਦ ਜਿਹੜਾ ਭਾਰਤ ਨੇ ਏਅਰ ਸਟ੍ਰਾਈਕ ਕੀਤੇ ਸੀ, ਅਤੇ ਫਿਰ 5 ਅਗਸਤ 2019 ਨੂੰ ਜਿਹੜਾ ਇਹ ਧਾਰਾ 370 ਅਤੇ 35 ਇਹ ਖਤਮ ਕਰ ਦਿੱਤੀ ਗਈ ਸੀ। ਉਹ ਤੋਂ ਬਾਅਦ ਦੋਨਾਂ ਦੇਸ਼ਾਂ ਦੇ ਵਿਚਾਲੇ ਸੰਬੰਧ ਖਰਾਬ ਹੋ ਗਏ ਸੀਗੇ, ਅਤੇ ਭਾਰਤ ਨੇ ਜਿਹੜਾ ਪਾਕਿਸਤਾਨ ਨੂੰ ਮੋਸਟ ਫੇਵਰਡ ਨੇਸ਼ਨ ਦਾ ਦਰਜਾ ਦਿੱਤਾ ਉਹ ਸਸਪੈਂਡ ਕਰ ਦਿੱਤਾ ਸੀ, ਕਾਰੋਬਾਰ ਸਾਰਾ ਹੀ ਜਿਹੜਾ ਵਪਾਰ ਅਸੀਂ ਕਰਦੇ ਬੰਦ ਕਰ ਦਿੱਤਾ ਸੀ। ਪਰ ਹੁਣ ਨਵੀਆਂ ਪਰਿਸਥਿਤੀਆਂ ਪੈਦਾ ਹੋ ਗਈਆਂ, ਉਹਦੇ ਵਿੱਚ ਨਾ ਪਾਕਿਸਤਾਨ ਨੇ ਮਤਲਬ ਚਿੱਠੀ ਲਿਖੀ, ਚਿੱਠੀ ਦੇ ਵਿੱਚ ਪਾਕਿਸਤਾਨ ਦੇ ਜਿਹੜੇ ਪ੍ਰਧਾਨ ਮੰਤਰੀ ਆ ਉਹਨਾਂ ਕਸ਼ਮੀਰ ਦਾ ਜ਼ਿਕਰ ਜ਼ਰੂਰ ਕੀਤਾ ਵੀ ਇਹਨੂੰ ਰਿਜੋਲਵ ਕੀਤੇ ਬਿਨਾਂ ਅੱਗੇ ਨਹੀਂ ਵਧਿਆ ਜਾ ਸਕਦਾ, ਪਰ ਜਿਵੇਂ ਪਹਿਲਾਂ ਇਹ ਚੱਲ ਰਿਹਾ ਸੀਗਾ ਉਵੇਂ ਨਹੀਂ ਗੱਲਬਾਤ ਹੋ ਰਹੀ। ਗੱਲਬਾਤ ਉਹਦੇ ਥਾਂ ਤੋਂ ਅੱਗੇ ਨਿਕਲ ਗਈ ਹੈ ਜੀ। ਗੱਲਬਾਤ ਦੇ ਵਿੱਚ ਜੇ ਇਹ ਟ੍ਰੇਡ ਰੂਟ ਖੁੱਲ੍ਹਦਾ
पहला तो वाघा सरहद वाला है, फिर ना अटारी वाघा वो तो बाद जो हुसैनी वाला अजे पहला रूट शुरू कर दी जी गलबात अज हो जानी है, पाकिस्तान ने भी शुरू कर लेनी है, तो उधर जरा तजाकिस्तान की राजधानी जी उहदे विच दुशांबे दे विच भी ये गलबात होनी है दोनों देशों के जेडे विदेश मंत्री है, तो उस तो बाद काम अगे चल पैना। तो ये खुलण नाल साढ़े खास करके पंजाब नू ते उत्तरी भारत नू ते फिर मिडल ईस्ट तक ये रस्ता खुलण नाल काफ़ी कुछ तब्दीलियां आउणगियां, साढ़े इत्थे जिहड़ा अटारी है वाघा है उत्थे लोगों नू रुजगार भी मिलेगा जी, वो साढ़े तो कई चीज़ां मंगाउणगे जिहदे विच खंड भी है, जिहदे विच होर कई चीज़ां हैगियां जिहड़ियां खेतीबाड़ी नाल संबंधित ने, सब्जियां भी मंगाउंदे आ खाण पीण दे वास्ते। हाँ जी, इस तरीके नाल ये गलबात अज ये शाम तक नतीजे आ जाने, तो ये चंगा कदम हो जी, चंगा संकेत है। सत श्री अकाल जी, तुहाडा स्वागत है जी, तुहाडा नाम? सत श्री अकाल जी, मेरा नाम दसांग जी, बल साहब जी, जंगू साहब जी, हाँ जी, स्वागत है जी, खुशी हुई तुहाडा नाम मुलाकात करके जी, तीन तीन चार दिन बाद मेरा ख्याल तुसीं हाँ जी, हाँ जी खेलदे रहे जी, रंग मेन लगा लगता नहीं पर चलो अस रंग ला बड़ा सा रंग दूरों सत श्रीकाल कर दें दो तीन गल ज्यादा टाइम नहीं मैं लेना चाहता होर कोई बोलना चाहता गल हैगी कि अज सारे जेडे श्रोते मेरी नमस्कार सलाम सत श्रीकाल बड़ा अच्छे सोहने ख्याल उन्होंने, लेकिन एक चीज यह हैगी अंग्रेजी क्या कि नथिंग इज स्टैटिक इन दिस वर्ल्ड, मतलब कि दुनिया के चीज स्थिर नहीं हैगी, क्योंकि ए हर वे कुछ मूवमेंट जी होंगी रहनी है और लाजमी है साइंस का असूल है। हाँ जी बिलकुल, गल है कि जे अपना लोगों के नाल मेहनत कश मजदूर लोगों के नाल जिन्होंने अन्याय होंगा है जे उन्होंने नाल कोई तालमेल या प्यार मुहब्बत रखते हैं जो असि जो उन्होंने हाँ तो असं ये चाहते हैं कि जी मूवमेंट हैगी पॉजिटिव साइड न अच्छे पासे कोई गल नहीं जी, बोलो सानू मजबूरन ओदे विच इह हैगा कि अज सानू जिथे भी किते जद भी किते साल हर साल लैण दे नाल नाल सानू उस कोर दी जिहड़ी हैगी ओदी सपोर्ट दे विच बोलना चाहीदा हैगा जी, पर दुख वाली गल इह हैगी कि इस मुल्क दे विच इन्हां मुल्कां दे विच खास तौर ते मैं इंग्लैंड दी गल कर सकदा जां थोड़ा बहुत कनेडा अमरीका बारे भी जानदा हैगा, ओदे विच इक लोकां नू फ्री फील्ड मिलिया हैगा अपनी जिहड़ी एक पद्धी जिहड़ी पॉलिटिक्स हैगी हिंदुस्तान दे लोकां नू जां देश दे भारत दे लोकां नू वंडण दी ओहदे विच ओह पूरा जोर ला रहा है। एक दूसरे चैनल ते दो तीन दिन होए एक एक इंसान नू मैं सुनिया तो ओह सिद्धियां ही एक किस्म दी गालां ही मतलब कामरेडां नू ते राजेवाल नू, ते ओहदा मैनू नहीं पता भी राजेवाल कामरेड आ जां उहनां चों किहड़ा कामरेड नहीं गा ते किहड़ा कामरेड आ, लेकिन एक चीज मैं जरूर दसनी चाहना तुहाडे चैनल दे थ्रू जी कि कामरेडां नू जे किसे ने गाल कढ़नी है ना ते गालां जिन्नियां मर्जी कड्डो पर काम जिहड़ा उहनां दा हैगा सिधांत आ जिहड़ा गल जी आ जां उहनां दा सिधांत आ उहनू पढ़ो मैं जरूर आ पढ़ के फिर तुसीं जिन्नियां मर्जी गालां कढ़ो जी। कामरेडां ने जिथे जिथे इनकलाब आए ने जी रूस दे विच सोवियत यूनियन दे विच 1917 च आया 1949 च चीन च आया बाकी मुल्कां दे विच लोगां ने बड़े कोर कीते और उत्थे लोगां उत्थे उहनां इनकलाबी ताकतां ने ना मंदिर ना गिरजे ना मतलब बुद्धिस्ट जिहड़े हैगे सीगे कोई ढाया नहीं गा जी, उह सगों उहनां दी हिफाजत कीती हैगी और उहनां नूं बरकरार रख्या जी, और धर्म दे नाल जिहड़ी आइडियोलॉजी आ मार्क्सवाद लेनिनवादी उहदा कोई झगड़ा ही नहीं हैगा। देखो इस वेले एक गल सुनो, इस वेले साडा जिहड़ा ना इह शो दा टाइम खत्म होण वाला ते इह लंमी गल जिहड़ी है ना उह फेर आपां किसे वेले कर लांगे जी, बस ठीक है, लेकिन इही गल आ कि मेरी उहनां नूं बर्दाश्त आ जां
ਬੇਨਤੀ ਆ ਕਿ ਉਸ ਕੋਲ ਦੇ ਜਿਹੜੇ ਲੀਡਰ ਹੈਗੇ ਉਹਨਾਂ ਦੀ ਸਪੋਰਟ ਦੇ ਵਿੱਚ ਬੋਲੋ ਜੀ ਜੀ। ਔਰ ਜੇ ਤੁਸੀਂ ਇੱਥੇ ਖਾਲਿਸਤਾਨ ਬਣਾਉਣਾ ਨਾ ਤੇ ਇੱਥੇ ਕਿਤੇ ਚੰਗਾ ਰਸਤਾ ਖੁੱਲੇਗਾ ਭਾਰਤ ਤੇ ਪਾਕਿਸਤਾਨ ਦਾ। ਉਸ ਤੋਂ ਇਲਾਵਾ ਅੱਜ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਹੈ, ਉਹਦੇ ਵਿੱਚ ਅੱਗੇ ਇੱਕ 5 ਅਪ੍ਰੈਲ ਦਾ ਤਾਂ ਉਹਨਾਂ ਦਾ ਹੈਗਾ ਹੀ ਹੈ ਜਿਹੜਾ ਧਰਨਿਆਂ ਦਾ ਪ੍ਰੋਗਰਾਮ। ਅੱਜ ਉਹ ਨਵੀਂ ਰਣਨੀਤੀ ਜਿਹੜੇ ਮੌਜੂਦਾ ਸਮੱਸਿਆਵਾਂ ਆ ਰਹੀਆਂ ਉਹਦੇ ਬਾਰੇ ਕੀ ਕਰਨਗੇ। ਇੱਕ ਇਹ ਹੈ ਵੀ ਹਰਿਆਣੇ ਦੇ ਵਿੱਚ ਜਿਹੜਾ ਬੀਜੇਪੀ ਦਾ ਜਿਹੜਾ ਕਿਸਾਨ ਮੋਰਚਾ ਉਹਨੇ ਪ੍ਰੋਟੈਸਟ ਕਰਨੇ ਕੁਝ ਥਾਵਾਂ ਦੇ ਉੱਪਰ, ਉਹਦੇ ਵਿਰੋਧ ਦੇ ਵਿੱਚ ਕਿਸਾਨਾਂ ਨੇ ਵੀ ਪ੍ਰੋਟੈਸਟ ਕਰਨੇ ਆ। ਉਹ ਜਿਹੜਾ ਆਪਣਾ ਉੱਥੋਂ ਵਾਲਾ ਮਾਮਲਾ ਮਲੋਟ ਵਾਲਾ ਹੋਇਆ ਉਹਨੂੰ ਲੈ ਕੇ, ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਉਹਨਾਂ ਦੀ ਵਿੱਚ ਕਿਸਾਨਾਂ ਦੀ ਵੀ ਟਕਰਾਅ ਨਹੀਂ ਹੋਣਾ ਚਾਹੀਦਾ, ਉਹ ਸ਼ਾਂਤਮਈ ਨਿਕਲਣੇ ਚਾਹੀਦੇ ਆ। ਅਤੇ ਜਿੱਥੋਂ ਤੱਕ ਸੰਯੁਕਤ ਕਿਸਾਨ ਮੋਰਚੇ ਦਾ ਸੰਬੰਧ ਹੈਗਾ, ਮਤਲਬ ਕਿਸੇ ਨੇ ਗਾਲਾਂ ਰਾਜੇਵਾਲ ਨੂੰ ਕੱਢਣੀ ਹੈ ਕੱਢੀ ਜਾਵੇ, ਇਹਦੇ ਨਾਲ ਕੋਈ ਫਰਕ ਨਹੀਂ ਪੈਣ ਲੱਗਾ। ਪਰ ਹਕੀਕਤ ਹੈ ਕਿ ਇਹ ਜਿਹੜੀ ਸਮੁੱਚੀ ਜਿਹੜੀ 32 ਜਥੇਬੰਦੀਆਂ ਦੀ ਲੀਡਰਸ਼ਿਪ, ਇਹਨੇ ਜਿਸ ਢੰਗ ਨਾਲ ਇਸ ਨੂੰ ਚਲਾਇਆ ਨਾ ਹੁਣ ਤੱਕ ਕਿਸਾਨ ਅੰਦੋਲਨ ਨੂੰ, ਉਹ ਵਧਾਈ ਦੀ ਪਾਤਰ ਹੈਗੀ ਆ। ਅਸੀਂ ਸਮਝਦੇ ਵੀ ਉਹ ਬਹੁਤ ਵਧੀਆ ਢੰਗ ਨਾਲ ਇਸ ਅੰਦੋਲਨ ਨੂੰ ਚਲਾ ਰਿਹਾ, ਤੇ ਅਸੀਂ ਤਾਂ ਗਾਏ ਬਗਾਏ ਜੋ ਸਾਨੂੰ ਠੀਕ ਲੱਗਦਾ ਅਸੀਂ ਉਹ ਗੱਲਾਂ ਕਹਿੰਦੇ ਹਾਂ। ਤੇ ਇਹ ਵੀ ਅਸੀਂ ਇੱਕ ਦਿਨ ਡਿਸਕਸ਼ਨ 'ਚ ਸਾਡੇ ਆਇਆ ਵੀ ਇਹ ਜਿਹੜੀ ਲੀਡਰਸ਼ਿਪ ਹੈ ਇਹਨੂੰ ਕੌਮਾਂਤਰੀ ਪੱਧਰ ਦਾ ਮਾਨਤਾ ਮਿਲੀ ਹੈ ਜੀ। ਅਤੇ ਇਸ ਕਰਕੇ ਕਿਸੇ ਦੇ ਕਹਿਣ ਨਾਲ ਇਹ ਨਹੀਂ ਹੁੰਦਾ ਵੀ ਕਾਵਾਂ ਦੇ ਕਹਿਣ ਨਾਲ ਬਨੇਰੇ ਢਹਿ ਜਾਣੇ ਸੀਗੇ। ਠੀਕ ਹੈ, ਜੇ ਕੋਈ ਵਿਰੋਧ ਕਰਦਾ ਉਹ ਕਰੀ ਜਾਵੇ, ਉਹਦੇ ਨਾਲ ਬਾਹਲਾ ਫਰਕ ਨਹੀਂ ਪੈਣਾ। ਪਰ ਇਹਨਾਂ ਹਕੀਕੀ ਤੌਰ 'ਤੇ ਜਿਹੜਾ ਹਿੰਦੁਸਤਾਨ ਦੀ ਜਿਹੜੀ ਭਾਰਤ ਦੀ ਸਰਕਾਰ ਉਹਨੂੰ ਚੈਲੇਂਜ ਕੀਤਾ, ਉਹਨੂੰ ਚੁਣੌਤੀ ਦਿੱਤੀ ਹੈ ਜਿਹੜਾ ਕੋਈ ਹੋਰ ਨਹੀਂ ਸੀ ਦੇ ਰਿਹਾ। ਇੱਕ ਗੱਲ ਛੋਟੀ ਜਿਹੀ ਹੋਰ ਕਰਕੇ ਖਤਮ ਕਰਾਂਗੇ ਵੀ ਅੱਜ 31 ਮਾਰਚ ਹੈ, ਕੱਲ੍ਹ ਤੋਂ ਜਿਹੜਾ ਕੇਂਦਰ ਸਰਕਾਰ ਨੇ ਜਿਹੜੇ ਕਿਰਤ ਕਾਨੂੰਨ ਆ ਉਹਨਾਂ 'ਚ ਤਬਦੀਲੀਆਂ ਕਰਤੀਆਂ, ਉਹਨਾਂ ਨੂੰ ਬਦਲਤਾ, ਅਤੇ ਕੱਲ੍ਹ ਤੋਂ ਜਿਹੜਾ ਕੰਮ ਦੇ ਘੰਟੇ ਜਿਹੜੇ ਉਹ ਵੱਧ ਜਾਣਗੇ, ਅਤੇ ਉਹਦੇ ਉੱਪਰ ਹੋਰ ਜਿਹੜਾ ਬਰਡਨ ਪਏਗਾ। ਇਹ ਇੱਕ ਮਾੜਾ ਜਿਹੜੇ ਫੈਸਲੇ ਜਿਹੜੇ ਇਸ ਸਰਕਾਰ ਨੇ ਕੀਤੇ ਆ, ਇਕੱਲੇ ਕਿਸਾਨਾਂ ਦੇ ਨਾਲ ਨਹੀਂ ਮਜ਼ਦੂਰਾਂ ਦੇ ਵੀ, ਜਿਹੜੇ ਮਿਹਨਤਕਸ਼ ਲੋਕਾਂ ਦੇ ਵੀ ਕੰਮ ਦੇ ਘੰਟੇ ਵਧਾ ਤੇ, ਜਿਹੜੇ ਬੜੀ ਜੱਦੋ ਜਹਿਦ ਤੋਂ ਬਾਅਦ ਜਿਹੜੇ ਮਜ਼ਦੂਰਾਂ ਨੇ ਪ੍ਰਾਪਤ ਕੀਤੇ, ਵਰਕਿੰਗ ਕਲਾਸ ਨੇ ਪ੍ਰਾਪਤ ਕੀਤੇ। ਜੰਮੂ ਜੀ ਇਸ 'ਤੇ ਗੱਲ ਨੂੰ ਵਿਸਥਾਰ 'ਤੇ ਗੱਲ ਕਰਾਂਗੇ ਜੀ। ਇਸ ਵੇਲੇ ਜਿਹੜਾ ਸਮਾਂ ਇਜਾਜ਼ਤ ਨਹੀਂ ਦੇ ਰਿਹਾ ਜੀ, ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ ਜੀ। ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।